ਵਿਦਵਾਨ ਮੰਨਦੇ ਨਹੀਂ ਹੁੰਦੇ ਆਪ, ਉਹ ਤਾਂ ਤੁਹਾਨੂੰ ਤਨਖਾਹ ਲੈਂਦੇ ਨੇ, ਤੁਸੀਂ ਉਹਨਾਂ ਦੀ ਡਿਊਟੀ ਲਾ ਦਿੱਤੀ ਵੀ ਆ ਗੁਰਬਾਣੀ ਨੂੰ ਭਾਈ ਅਰਥਾ ਕੇ ਦੇ ਦਿਉ, ਕਿਤਾਬਾਂ ਲੈ ਕੇ ਅਰਥਾ ਦੇਣ, ਕਿਉਂਕਿ ਪੈਸੇ 'ਤੇ ਕੰਮ ਕਰ ਰਹੇ ਨੇ, ਤਨਖਾਹ ਲੈਂਦੇ ਨੇ, ਕੰਮ ਕਰ ਰਹੇ ਨੇ, ਅਤੇ ਜੋਬ ਹੈ ਉਹਨਾਂ ਦੀ ਤਾਂ। ਗੁਰਬਾਣੀ ਨੂੰ ਮੰਨਣ ਨੂੰ ਬਾਉਂਡ ਨਹੀਂ ਹੋਏ, ਉਹ ਮੰਨਣ ਨੂੰ ਜਿਹੜੇ ਬਾਉਂਡ ਆਦਮੀ ਹੋਣਗੇ ਉਹੀ ਅਰਥ ਹੋਣਗੇ, ਉਹੀ ਦੱਸਣਗੇ ਦਾ ਟੇਸਟ ਕਿਹੋ ਜਿਹਾ, ਜਿਹੜਾ ਖਾਊ ਉਹੀ ਦੱਸੂ, ਖਾਊਗਾ ਨਹੀਂ, ਜੇ ਕੋ ਖਾਵਾ ਜੇ ਕੋ ਪੁੱਛਾ ਫਿਰ ਖਾ ਕੇ ਹਜਮ ਕਰ ਲੂ, ਤਿਸਕਾ ਹੋਇਆ ਉਧਾਰੋ, ਉਹ ਤਾਂ ਗਲੇ ਦੇ ਥੱਲੇ ਜਾਣੇ ਨਹੀਂ ਦਿੰਦੇ ਕਿਸੇ ਚੀਜ਼ ਨੂੰ, ਮਰਦੇ ਹੀ ਹੈ ਕਿਸੇ ਚੀਜ਼ ਨੂੰ। ਸੱਚਾ ਤੇਰਾ ਅਮਰ ਸੱਚਾ ਦੀਵਾਨ, ਸੱਚਾ ਤੇਰਾ ਅਮਰ, ਤੇਰਾ ਜਿਹੜਾ ਅਮਰ ਹੈ ਹੁਕਮ ਹੈ, ਅਮਰ ਕੀ ਹੁੰਦਾ ਹੁਕਮ, ਅਮਰ ਕਾਹਦੇ ਕਹਿੰਦੇ ਨੇ ਹੁਕਮ, ਇਹ ਅਮਰ ਕਰਨ ਵਾਲਾ ਹੈ, ਹੁਕਮ ਨਾਲੇ ਅਮਰ ਹੁੰਦਾ ਜਿਹੜਾ ਹੁੰਦਾ, ਜਿਹਦੇ ਹੁਕਮ ਨੇ ਜੁੜ ਜਾਣਾ ਭਾਣਾ ਮੰਨ ਲੈਣਾ ਅਮਰ ਹੋ ਗਿਆ, ਇਹ ਅਮਰ ਹੈ ਉਹਦਾ ਅਮਰਾਬਾਦ, ਇਹੀ ਹੈ ਜਿਹੜਾ ਹੁਕਮ ਨਾਲ ਜੁੜ ਗਿਆ, ਹੁਕਮ ਬੁੱਝ ਲਿਆ, ਅਮਰਾਬਾਦ ਪਾ ਲਿਆ ਉਹਨੇ, ਹੁਕਮ ਅਮਰ ਹੈ ਤੇਰਾ, ਤੇਰਾ ਹੁਕਮ ਜੋ ਹੋ ਗਿਆ ਉਹ ਵਰਤ ਕੇ ਹੀ ਰਹਿਣਾ, ਉਹਨੂੰ ਕੋਈ ਰੋਕ ਨਹੀਂ ਸਕਦਾ, ਜੋ ਤੈਂ ਧਾਰ ਲਈ ਮਨ 'ਚ ਉਹ ਹੋ ਜਾਣੀ, ਉਹਨੂੰ ਹੋ ਹੀ ਨਹੀਂ ਸਕਦਾ ਵੀ ਉਹ ਪਿੱਛੇ ਮੁੜ ਜਾਏ, ਹੁਕਮ ਉਹ ਅਮਰ ਹੈ, ਸਾਡੇ ਜਿਹੜੀ ਸੋਚ ਹੈ ਉਹ ਅਮਰ ਨਹੀਂ ਹੈ, ਹੋਰ ਕਿਸੇ ਦੀ ਸੋਚ ਅਮਰ ਨਹੀਂ ਹੈ, ਤੇਰੀ ਸੋਚ ਅਮਰ ਹੈ, ਜੋ ਤੂੰ ਚਾਹੁੰਦਾ ਹੋਈ ਹੁੰਦਾ, ਤੂੰ ਸੋਚਦਾ ਹੋਈ ਹੁੰਦਾ, ਇਹ ਅਮਰ ਹੈ, ਇਹਨੂੰ ਕੋਈ ਬੋਲ ਨਹੀਂ ਸਕਦਾ, ਇਹਨੂੰ ਕੋਈ ਮਾਰ ਨਹੀਂ ਸਕਦਾ, ਖਤਮ ਨਹੀਂ ਕਰ ਸਕਦਾ, ਇਹਦਾ ਰਾਹ ਨਹੀਂ ਕੋਈ ਰੋਕ ਸਕਦਾ, ਅਮਰ ਹੈ ਇਹ, ਸੱਚਾ ਤੇਰਾ ਅਮਰ ਸੱਚਾ ਦੀਵਾਨ, ਸੱਚਾ ਤੇਰਾ ਦੀਵਾਨ, ਦੀਵਾਨ ਕੀ ਹੁੰਦਾ, ਦੀਵਾਨ ਹੁੰਦਾ ਇਰਾਦਾ, ਇੱਕ ਸੁਰਤੀ ਇੱਕ ਬਿਰਤੀ, ਬਿਰਤੀ ਤੇਰੀ ਟਿੱਕੀ ਹੋਈ ਰਹਿੰਦੀ, ਤੇਰਾ ਦੀਵਾਨ ਅਭੱਗ ਹੈ, ਅਭੱਗ ਦੀਵਾਨ, ਤੇਰੀ ਬਿਰਤੀ ਨੂੰ ਕੋਈ ਖੰਡਨ ਨਹੀਂ ਕਰ ਸਕਦਾ, ਕੋਈ ਵਿੱਚ ਕਦੇ ਤੈਨੂੰ ਕੋਈ ਚਿੰਤਾ ਪੈਦਾ ਨਹੀਂ ਹੁੰਦੀ, ਖਤਰਾ ਨਹੀਂ, ਤੈਨੂੰ ਕੋਈ ਕਦੇ ਖਤਰਾ ਨਹੀਂ ਹੈ, ਕਿਸੇ ਵੇਲੇ ਵੀ ਜਦ ਖਤਰਾ ਹੁੰਦਾ ਤਾਂ ਜਿਹੜੀ ਸਾਡੀ ਬਿਰਤੀ ਹੈ ਵਿਚਲਿਤ ਹੋ ਜਾਂਦੀ ਹੈ, ਤੂੰ ਕਦੇ ਵੀ ਵਿਚਲਿਤ ਨਹੀਂ ਹੋ ਸਕਦਾ, ਕੋਈ ਚੀਜ਼ ਤੈਨੂੰ ਵਿਚਲਿਤ ਨਹੀਂ ਕਰਦੀ, ਉਹ ਤਾਂ ਤੇਰੀ ਮਰਜ਼ੀ ਨਾਲ ਰਿਹਾ ਸਭ ਕੁਛ, ਵਿਚਲਿਤ ਤੈਨੂੰ ਕੀ ਕਰੂੰ, ਤਿਸ ਦੀਵਾਨ ਅਭੱਗ, ਤੇਰੀ ਬਿਰਤੀ ਨਹੀਂ ਟੁੱਟਦੀ, ਇਰਾਦਾ ਤੇਰਾ ਡੋਲਦਾ ਨਹੀਂ, ਤੂੰ ਡੋਲਦਾ ਨਹੀਂ ਹੈ, ਅਡੋਲ ਹੈ, ਪਰਬਤ ਵਾਂਗੂ ਤੂੰ ਅਡੋਲ ਹੈ, ਕਦੇ ਡੋਲਦਾ ਹੀ ਨਹੀਂ, ਸਾਰਾ ਸੰਸਾਰ ਡੋਲਦਾ, ਮਾਇਆ ਡੋਲਦੀ ਹੈ, ਤੂੰ ਅਡੋਲ ਹੈ, ਅਭੱਗ, ਪਰ ਵਿਸ਼ਨੂੰ ਦਾ ਦੀਵਾਨ ਅਭੱਗ ਨਹੀਂ ਹੈ, ਭਗਤਾਂ ਨੇ ਧਰੂ ਵਰਗਿਆਂ ਨੇ, ਇਹਨਾਂ ਦੇ ਜਿਹੜੇ ਭਗਤ ਨੇ ਧਰੂ, ਇਹਨਾਂ ਦਾ ਕੋਈ ਹੋਰ ਹੋਣਾ ਧਰੂ ਭਗਤ, ਸਾਡੇ ਵਾਲਾ ਧਰੂ ਕੋਈ ਹੋਰ ਹੈ, ਉਹ ਭਾਣਾ ਮੰਦਰ, ਇਹਨਾਂ ਦਾ ਧਰੂ ਜਿਹੜਾ ਹੈਗਾ ਇੱਕ ਡੰਗ ਪਾਰ ਹੋ ਕੇ ਖੜਾ ਕਰਕੇ ਤਪੱਸਿਆ ਕਰਦਾ, ਵਿਸ਼ਨੂੰ ਦਾ ਸਿਮਾਸਣ ਡੋਲ ਜਾਂਦਾ, ਫਿਰ ਦੀਵਾਨ ਭਗਤ ਤਾਂ ਰਿਹਾ ਨਾ ਉਹਦਾ, ਉਹ ਤਾਂ ਡੋਲ ਗਿਆ ਸਭ ਕੁਛ, ਉਹ ਡੋਲ ਗਿਆ ਤਾਂ ਭਗਤ ਕਿਹਾ, ਜਿਹੜਾ ਵਿਸ਼ਨ ਜਿਹਨੂੰ ਅਸੀਂ ਵਿਸ਼ਨ ਕਹਿੰਦੇ ਹਾਂ ਨਾ, ਜਿਹੜਾ ਮਾਇਆ ਦਾ ਮਾਲਕ ਹੈ, ਵਿਸ਼ਨ ਕੀ ਮਾਇਆ ਤੇ ਹੋਏ ਭਿੰਨ, ਵੈਸ ਨੂੰ ਜੋ ਸੋ ਜਿਸ ਉੱਪਰ ਸੋ ਪ੍ਰਸੰਨ, ਵਿਸ਼ਨ ਕੀ ਮਾਇਆ ਤੇ ਹੋਏ ਭਿੰਨ, ਜਿਹੜਾ ਗੁਰਬਾਣੀ ਦਾ ਵਿਸ਼ਨ ਹੈ ਉਹਦਾ ਦੀਵਾਨ ਅਭੱਗ ਹੈ, ਜਿਹੜਾ ਇਹਨਾਂ ਦਾ ਵਿਸ਼ਨੂੰ ਹੈ ਉਹਦਾ ਦੀਵਾਨ ਅਭੱਗ ਨਹੀਂ ਹੈ, ਇਹਨਾਂ ਦੇ ਗ੍ਰੰਥਾਂ ਮੁਤਾਬਕ, ਇਹਨਾਂ ਦੀਆਂ ਕਹਾਣੀਆਂ ਮੁਤਾਬਕ, ਇਹੀ ਕਹਿੰਦੇ ਨੇ, ਸਾਡੀ ਗੁਰਬਾਣੀ ਜੋ ਕਹਿੰਦੀ ਹੈ ਉਹ ਕਹਿੰਦੀ ਹੈ ਤਿਸ ਦੇ ਪਾਣ ਅਭੱਗ, ਉਹਦੀ ਮਾਇਆ ਡੋਲਦੀ, ਆਪ ਨਹੀਂ ਡੋਲਦਾ, ਆਪ ਨਹੀਂ ਡੋਲਦਾ, ਪਰ ਮਾਇਆ ਵੀ ਉਹਦੇ ਨਿਯੰਤਰਣ ਵਿੱਚ ਡੋਲਦੀ ਹੈ,
ਉਹਦੇ ਕਾਬੂ ਵਿੱਚ ਹੈ, ਉਹਦੇ ਹੁਕਮ ਤੋਂ ਇੱਧਰ ਉੱਧਰ ਨਹੀਂ ਚੰਦ ਸੂਰ ਜਾ ਸਕਦੇ ਕੁਛ ਵੀ। ਜਿਹੜਾ ਉਹਨੇ ਉਹਨੂੰ ਦੇ ਦਿੱਤਾ ਨਾ ਰਸਤਾ, ਉਦੋਂ ਇੱਧਰ ਉੱਧਰ ਨਹੀਂ ਜਾ ਸਕਦੇ। ਰਿਮੋਟ ਉਹਦੇ ਹੱਥ 'ਚ ਹੈ ਸਾਰੇ ਪਾਸੇ ਦਾ, ਰਿਮੋਟ ਕੰਟਰੋਲ ਨਾਲ ਸਾਰੇ ਉਹਨੇ ਕੰਟਰੋਲ ਕੀਤੇ ਹੋਏ ਨੇ। ਰਿਮੋਟ ਉਹਦੀ ਮਰਜ਼ੀ ਰਿਮੋਟ ਹੈ, ਇੰਸਟਰੂਮੈਂਟ ਨਹੀਂ ਹੈ, ਉਹਦੀ ਮਰਜ਼ੀ ਰਿਮੋਟ ਹੈ। ਹਾਂਜੀ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਤੇਰਾ ਹੁਕਮ ਜਿਹੜਾ ਸੱਚਾ। ਹੁਕਮ ਕਈ ਵਾਰ ਮਨ ਦੇ ਵਿੱਚ ਵੀ ਹੁੰਦਾ, ਜੋ ਫਰਮਾਤਾ ਫਰਮਾਤਾ ਜਿਹੜਾ ਜੋ ਮਨ ਦੇ ਵਿੱਚ ਹੈ, ਹੁਕਮ ਹੈ ਜੋ ਇੱਛਾ, ਹੁਕਮ ਤਾਂ ਇੱਛਾ ਹੀ ਹੈ, ਪਰ ਜਦ ਇੱਛਾ ਬਾਹਰ ਜ਼ਾਹਰ ਕਰਤੀ ਫਿਰ ਫਰਮਾਨ ਬਣ ਗਿਆ ਉਹ। ਜਿੰਨਾ ਚਿਰ ਇੱਛਾ ਮਨ ਵਿੱਚ ਹੈ ਉਹਨਾਂ ਚਿਰ ਫਰਮਾਨ ਨਹੀਂ ਬਣਿਆ। ਹੁਕਮ ਜੋ ਕਰਨਾ ਕਿਸੇ ਨੇ, ਮਨ ਬਣਾ ਲਿਆ ਵੀ ਹੁਕਮ ਆ ਕਰਨਾ, ਪਰ ਜਿੱਦਣ ਕਰੂਗਾ ਬੋਲੂਗਾ ਉਦਣੇ ਫਰਮਾਨ ਬਣਨਾ, ਉਦਣ ਪਰਵਾਣਾ ਹੋ ਜਾਣਾ। ਤੁਰ ਲਿਖਿਆ ਪਰਵਾਣਾ, ਫਿਰ ਫਰਮਾਨ ਹੋ ਜਾਣਾ। ਜਾਂ ਫਰਮਾਤਾ ਪ੍ਰਗਟ ਹੋ ਗਿਆ, ਜਿਹੜਾ ਜੋ ਫਰਮਾਇਆ ਨਹੀਂ ਉਹ ਜੋ ਉਹਦੇ ਚਿੱਤ 'ਚ ਹੈ।